ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬੀ ਰੀਡਰ 4A 2020 ਐਡੀਸ਼ਨ ਲੈਸਨ 18 ਵਿੱਚ ਤੁਹਾਨੂੰ ਜੀ ਆਇਆਂ ਨੂੰ ਅੱਜ ਦਾ ਪਾਠ ਥੋੜ੍ਹਾ ਸੀਰੀਅਸ ਪਾਠ ਹੈ ਸ਼ਾਇਦ ਤੁਸੀਂ ਆਪ ਜਾਂ ਤੁਸੀਂ ਕਿਸੇ ਨੂੰ ਜਾਣਦੇ ਹੋਗੇ ਜਿਨ੍ਹਾਂ ਦੇ ਨਾਲ ਬੁਲਿੰਗ ਹੋਈ ਹੋਈ ਹੈ ਅਤੇ ਖਾਸ ਕਰਕੇ ਸਿੱਖਾਂ ਦੇ ਨਾਲ ਇਹਦਾ ਕੀ ਰੋਲ ਹੈ ਇਹਦਾ ਸਾਡੇ 'ਤੇ ਕੀ ਅਸਰ ਹੁੰਦਾ ਹੈ ਤੁਸੀਂ ਸ਼ਾਇਦ ਜਾਣਦੇ ਹੋ ਰਾਈਟ ਤੁਸੀਂ ਕਿਸੇ ਫਰੈਂਡ ਨੂੰ ਦੇਖਿਆ ਹੋਏਗਾ ਜਿਨ੍ਹਾਂ ਦੀ ਬੁਲਿੰਗ ਹੁੰਦੀ ਹੈ ਆਪਾਂ ਅੱਜ ਸਿੱਖਾਂਗੇ ਕਿ ਬੁਲਿੰਗ ਕੀ ਹੁੰਦੀ ਹੈ ਅਤੇ ਇਹ ਕੌਣ ਕਰਦਾ ਹੈ ਠੀਕ ਹੈ ਇਹਦੇ ਵਿੱਚ ਸ਼ਾਇਦ ਕਾਫੀ ਔਖੇ ਸ਼ਬਦ ਆਉਣਗੇ ਅਤੇ ਪਹਿਲੇ ਆਪਾਂ ਔਖੇ ਸ਼ਬਦ ਪੜ੍ਹਦੇ ਹਾਂ ਫਿਰ ਅਸੀਂ ਐਸੇ ਪੜ੍ਹਾਂਗੇ ਫਿਰ ਅਸੀਂ ਪ੍ਰਸ਼ਨ ਦੇ ਉੱਤਰ ਪੜ੍ਹਾਂਗੇ ਠੀਕ ਹੈ ਗਾਲ ਕੱਢਣੀ means to curse, say bad words. Vakri jaan vakra is different. Ladai chagda, fight, argument. So many times we say these two words together. Ladai chagda nahi karna chahida, right? They mean the same thing almost. Thukna, to spit. Mazak, make fun. Takka dena, to push or shove. Pachan, identity. Gande, dirty or bad. Ikalla, lonely or alone. Tang, bother. Galat, wrong. Gussa karde, get angry. Tang karde, bother. Sunda, hear or listen. Ishara, signal. Kamzor, weak. Khyal, thoughts. Islay, that's why. ਠੀਕ ਹੈ ਸਿੱਖਾਂ ਦੀ ਵੱਖਰੀ ਪਛਾਣ ਹੁੰਦੀ ਹੈ ਪਛਾਣ ਮੀਨਸ ਆਈਡੈਂਟੀ ਸਿੱਖ ਮੁੰਡੇ ਸਿਰ ਦੇ ਵਾਲਾਂ ਦਾ ਜੂੜਾ ਬਣਾਉਂਦੇ ਹਨ ਅਤੇ ਜੂੜੇ 'ਤੇ ਰੁਮਾਲ ਪਟਕਾ ਜਾਂ ਕੇਸਕੀ ਬੰਨਦੇ ਹਨ ਬੁਲਿੰਗ ਕੀ ਹੁੰਦੀ ਹੈ ਕੀ ਤੁਸੀਂ ਕਦੀ ਕਿਸੇ ਨੂੰ ਬੁਲਿੰਗ ਹੁੰਦੇ ਬੁਲੀ ਹੁੰਦੇ ਦੇਖਿਆ ਹੈ ਬੁਲਿੰਗ ਦਾ ਮਤਲਬ ਹੈ ਕਿਸੇ ਨੂੰ ਛੇੜਨਾ ਬੁਲਿੰਗ ਕਈ ਤਰ੍ਹਾਂ ਦੀ ਹੁੰਦੀ ਹੈ ਕਿਸੇ ਵੱਲ ਉਂਗਲ ਨਾਲ ਇਸ਼ਾਰਾ ਕਰਕੇ ਹੱਸਣਾ ਬੁਲਿੰਗ ਹੈ ਕਿਸੇ ਨੂੰ ਗੰਦੇ ਸ਼ਬਦ ਕਹਿਣੇ ਗਾਲ ਕੱਢਣੀ ਵੀ ਬੁਲਿੰਗ ਹੈ ਕਿਸੇ ਨੂੰ ਹੱਥਾਂ ਨਾਲ ਜਾਂ ਪੈਰਾਂ ਨਾਲ ਮਾਰਨਾ ਜਾਂ ਧੱਕਾ ਦੇਣਾ ਬੁਲਿੰਗ ਹੈ ਕਿਸੇ 'ਤੇ ਥੁੱਕਣਾ ਬੁਲਿੰਗ ਹੈ ਆਪਣੇ ਤੋਂ ਵੱਖਰੇ ਜਾਂ ਕਮਜ਼ੋਰ ਬੱਚਿਆਂ ਨਾਲ ਖੇਡਣਾ ਛੱਡ ਦੇਣਾ ਬੁਲਿੰਗ ਹੈ ਉਹਨਾਂ ਨੂੰ ਆਪਣੀ ਟੀਮ ਵਿੱਚ ਖੇਡਣ ਤੋਂ ਰੋਕਣਾ ਬੁਲਿੰਗ ਹੈ ਸੋ ਦੇਰ ਸੋ ਮੈਨੀ ਕਾਇੰਡਸ ਆਫ ਬੁਲਿੰਗਸ ਐਂਡ ਆਈ ਐਮ ਸ਼ੋਰ ਯੂ ਨੋ ਮੋਰ ਕਾਇੰਡਸ ਆਫ ਬੁਲਿੰਗ ਕਈ ਵਾਰੀ ਬੁਲੀ ਬੱਚੇ ਜੂੜੇ ਵਾਲੇ ਸਿੱਖ ਬੱਚਿਆਂ ਨੂੰ ਦੇਖ ਕੇ ਹੱਸਦੇ ਹਨ ਉਹਨਾਂ ਦੇ ਜੂੜੇ ਦਾ ਮਜ਼ਾਕ ਬਣਾਉਂਦੇ ਹਨ ਉਹਨਾਂ ਨਾਲ ਖੇਡਦੇ ਨਹੀਂ ਉਹਨਾਂ ਨੂੰ ਆਪਣੀ ਟੀਮ ਵਿੱਚ ਵੀ ਨਹੀਂ ਖੇਡਣ ਦਿੰਦੇ ਇਹ ਬੁਲਿੰਗ ਹੈ ਜਦੋਂ ਮੇਰਾ ਬੇਟਾ ਛੋਟਾ ਸੀ ਤਾਂ ਉਹਨੂੰ ਬੱਚੇ ਬਹੁਤ ਛੇੜਦੇ ਸੀ ਉਹਨੂੰ ਡਾਇਪਰ ਹੈੱਡ ਕਹਿੰਦੇ ਸੀ ਟਾਵਲ ਹੈੱਡ ਕਹਿੰਦੇ ਸੀ ਗਾਂਧੀ ਕਹਿੰਦੇ ਸੀ ਸਿੱਲੀ ਗੱਲਾਂ ਰਾਈਟ ਪਰ ਉਹਦੇ ਨਾਲ ਮੇਰੇ ਬੇਟੇ ਦਾ ਬੜਾ ਮਨ ਦੁਖਦਾ ਸੀ ਤੁਸੀਂ ਜਾਣਦੇ ਹੋ ਕਿ ਹੋਰ ਲੋਕ ਕੀ ਗੱਲਾਂ ਕਹਿੰਦੇ ਹੈ ਜੂੜੇ ਨੂੰ ਦੇਖ ਕੇ ਬੁੱਲੀ ਕੌਣ ਬਣਦੇ ਹਨ ਬੁੱਲੀ ਬਣਨ ਦੇ ਬਹੁਤ ਕਾਰਨ ਹੋ ਸਕਦੇ ਹਨ ਰੀਜ਼ਨਸ ਸ਼ਾਇਦ ਬੁੱਲੀ ਉਹ ਬੱਚੇ ਬਣਦੇ ਹਨ ਜਿਨ੍ਹਾਂ ਦੇ ਘਰ ਵਿੱਚ ਲੜਾਈ ਝਗੜਾ ਰਹਿੰਦਾ ਹੈ ਉਹਨਾਂ ਨੂੰ ਮਾਂ ਬਾਪ ਗੁੱਸਾ ਕਰਦੇ ਹਨ ਉਹਨਾਂ ਦੀ ਕੋਈ ਗੱਲ ਨਹੀਂ ਸੁਣਦਾ ਉਹਨਾਂ ਨੂੰ ਪਿਆਰ ਨਹੀਂ ਮਿਲਦਾ ਇਸ ਲਈ ਉਹ ਕਿਸੇ ਦੂਸਰੇ ਨਾਲ ਵੀ ਪਿਆਰ ਨਹੀਂ ਕਰ ਸਕਦੇ ਸ਼ਾਇਦ ਤਾਂ ਹੀ ਉਹ ਬੁੱਲੀ ਬਣ ਜਾਂਦੇ ਹਨ ਰਾਈਟ So you can only give what you have, right? These people who don't have love in their hearts, how can they love anybody, right? It's a sad, sad life they have, but then they also make other people's lives sad. This essay has only 174 words, 174. Te je kar tusi 40-50 shabd ek mint vich pad sakde ho, te tusi ennu 4 ya 5 mint vich pad loge, theek hai? Follow-up activity. Find and circle all the vocabulary words in this essay. ਜਿਹੜੇ ਇਹ ਸ਼ਬਦ ਹੈਗੇ ਨੇ ਇਹ ਤੁਸੀਂ ਦੁਬਾਰਾ ਜਦੋਂ ਪੜ੍ਹੋਗੇ ਇਹਦੇ ਵਿੱਚ ਤੁਸੀਂ ਉਹਨਾਂ ਨੂੰ ਸਰਕਲ ਕਰੋਗੇ ਠੀਕ ਹੈ
मंडे होमवर्क कनेक्ट पार्ट्स ऑफ सेंटेंसेस फ्रॉम दिस राइटिंग. सो ए सेंटेंस लिखे ने ए दे विचो देन कॉपी द करेक्ट एंड कंप्लीट सेंटेंसेस ऑन लाइंस. नाउ देयर आर नो लाइंस हियर बट यू कैन कॉपी देम इन योर नोटबुक. ठीक है. कई बार स्कूलों के बच्चे कुछ बुली बच्चे कई बार स्कूलों विच कुछ बुली बच्चे जहाँ धक्का देना बुलिंग है दैट डजन मेक सेंस. जिन्हों घर च प्यार नहीं मिलता दैट डजन मेक सेंस. खेडना छड देना बुलिंग है दैट डजन मेक सेंस. किसी नू छेड़ना दैट डजन मेक सेंस. कई बार स्कूलों विच कुछ बुली बच्चे जूड़े वाले बच्चों नू तंग करते हैं दैट मेक सेंस राइट. सो यू विल कनेक्ट दिस एंड दैन यू विल राइट दिस होल सेंटेंस इन योर नोटबुक एंड दैट्स हाउ यू विल डू ऑल द सेंटेंसेस. ठीक है. दैन हियर यूर काउंटिंग 71 72 73 74 75. ठीक है. कई लोग 75 भी कहते हैं. यू कैन पुट ए टिप्पी और अदक ईदर वे इज करैक्ट. ट्यूजडे होमवर्क टाइमर सैट करो. पेज 62 63 62-63 पन्ने ते लिखिया लेख पढ़ो किन्ने मिनट लगे. ठीक है. सो सी हाउ मेनी मिनट्स यू टेक. एंड वेंसडे इस पार्ट विच ओ सारे शब्द लभ के लिखो जिन्हों में ऊड़ा ऐड़ा अते ईड़ी नाल मात्रा वरतिया गई हैं. इन्हों अखरों के दुआले गोल चक्कर बनाओ. सो हियर यू गो. असी जिवें एक शब्द लभ्या बच्चिया तो ऐड़े के दुआले असी गोल चक्कर बनाया. ठीक है. दीज आर कॉल्ड इंडिपेंडेंट मात्रा वर्ड्स बिकॉज इन दीज वर्ड्स यू हीयर द मात्रा साउंड ओनली. यू डोंट हीयर द लैटर साउंड. ठीक है. जिमें चि चि यू हीयर द च ए राइट. पहले चचा सुन फिर ए सुन. सो दिस इज डिपेंडेंट मात्रा साउंड. द मात्रा इज डिपेंडेंट ऑन दिस letter for making the sound, but this one is independent matra. Only hear the matra sound, no letter sound. Okay, so that's what you will do. I think you will be able to find 5-6 words in this at least, if not more. Okay, so this is bachya, then ohna, apni, right, banaunde. So there's lots of words that have uda, ada, and edi in them. Shayad, right? Not hard work at all. Thursday homework, what are some important lessons we can learn in this lesson? Put a check mark next to the ones you think are important to remember. Put an X next to the ones you think is not helpful. Kamzor bachiyan naal khedna chhad dena chahida hai kyunki oh tuhadi team nu hara denge. Is it important? No. X. Remember, if you are weak, if you are not very strong and somebody doesn't let you play, you won't like that, right? ਕੋਈ ਬੱਚਾ ਕਿਸੇ ਨਾਲੋਂ ਘੱਟ ਨਹੀਂ ਕੋਈ ਕਿਸੇ ਤੋਂ ਵੱਧ ਨਹੀਂ ਸਭ ਬਰਾਬਰ ਹਨ ਇਸ ਲਈ ਕਿਸੇ ਨਾਲ ਬੁਲਿੰਗ ਨਹੀਂ ਹੋਣੀ ਚਾਹੀਦੀ. ਨਾਓ ਦਿਸ ਇਜ਼ ਨਾਟ ਰਿਟਨ ਇਨ ਯੋਰ ਲੈਸਨ ਬਟ ਇਸ ਲੈਸਨ ਵੀ ਕੈਨ ਲਰਨ ਫਰੋਮ ਹੇਅਰ ਰਾਈਟ. ਚੈੱਕ. ਸਿੱਖ ਮੁੰਡੇ ਸਿਰਫ ਇਸ ਲਈ ਵੱਖਰੇ ਹੁੰਦੇ ਹਨ ਕਿਉਂਕਿ ਉਹ ਸਿਰ 'ਤੇ ਵਾਲਾਂ ਦਾ ਜੂੜਾ ਬਣਾਉਂਦੇ ਹਨ ਇਸ ਲਈ ਉਹਨਾਂ ਦੀ ਬੁਲਿੰਗ ਨਹੀਂ ਹੋਣੀ ਚਾਹੀਦੀ. ਇਜ਼ ਦੈਟ ਕਰੈਕਟ? ਯੈਸ. ਜੋ ਬੱਚੇ ਵੱਖਰੇ ਹੁੰਦੇ ਹਨ ਉਹਨਾਂ ਵੱਲ ਉਂਗਲ ਨਾਲ ਇਸ਼ਾਰਾ ਕਰਕੇ ਹੱਸਣਾ ਠੀਕ ਹੈ. ਇਜ਼ ਦੈਟ ਕਰੈਕਟ? ਆਈ ਡੋਂਟ ਥਿੰਕ ਸੋ ਰਾਈਟ. ਸੋ ਦੈਟਸ ਵਟ ਯੂ ਵਿਲ ਡੂ. ਰੀਡ ਦੈਮ ਅਗੇਨ ਐਂਡ ਦੈਨ ਮੇਕ ਸ਼ੋਰ ਯੂ ਐਂਸਰ ਆਲ ਦ ਕੁਐਸਚਨਸ ਐਂਡ ਦੈਟਸ ਅਵਰ ਲੈਸਨ ਫਾਰ ਟੂਡੇ. ਆਈ ਹੋਪ ਯੂ ਵਿਲ ਲਰਨ ਸਮ ਲਾਈਫ ਲੈਸਨਸ ਫਰੋਮ ਹੀਅਰ ਐਂਡ ਬੀ ਅ ਨਾਈਸ ਪਰਸਨ so that other people don't get hurt with your interactions. Theek hai. And I will see you in the next lesson. Until then, Waheguru Ji Ka Khalsa, Waheguru Ji Ki Fateh.